ਇੱਥੇ ਮੁੜ ਤੋਂ ਖਾਲਿਸਤਾਨੀ ਜ਼ਿੰਦਾਬਾਦ ਦੇ ਨਾਰੇ ਲਿਖੇ ਗਏ, ਪਾਕਿਸਤਾਨ ਜ਼ਿੰਦਾਬਾਦ ਤੇ ਹਿੰਦੁਸਤਾਨ ਮੁਰਦਾਬਾਦ ਦੇ ਨਾਰੇ ਲਿਖੇ ਗਏ ਨੇ। ਦੋਸ਼ੀ ਭੱਜਣ ਦੇ ਵਿੱਚ ਹਾਲਾਂਕਿ ਕਾਮਯਾਬ ਰਹੇ ਨੇ ਤੇ ਪੁਲਿਸ ਵੱਲੋਂ ਦੋਸ਼ੀਆਂ ਦੀ ਭਾਲ ਵੀ ਨਿਰੰਤਰ ਜਾਰੀ ਹੈ ਤੇ ਪਹਿਲਾਂ ਵੀ ਬਠਿੰਡਾ ਦੇ ਜੰਗਲਾਤ ਵਿਭਾਗ ਦੇ ਦਫ਼ਤਰ ਦੇ ਬਾਹਰ ਖਾਲਿਸਤਾਨੀ ਇਹ ਜਿਹੜੇ ਨਾਰੇ ਸੀ ਉਹ ਲਿਖੇ ਗਏ ਸਨ। ਸੋ ਦੱਸ ਦਈਏ ਕਿ ਬਠਿੰਡਾ ਦੇ ਵਿੱਚ ਮੁੜ ਤੋਂ ਪਾਕਿਸਤਾਨ ਜ਼ਿੰਦਾਬਾਦ ਤੇ ਹਿੰਦੁਸਤਾਨ ਮੁਰਦਾਬਾਦ ਦੇ ਨਾਰੇ ਲਿਖੇ ਗਏ ਨੇ ਤੇ ਦੋਸ਼ੀ ਭੱਜਣ ਦੇ ਵਿੱਚ ਹਾਲਾਂਕਿ ਕਾਮਯਾਬ ਰਹੇ ਨੇ ਲੇਕਿਨ ਪੁਲਿਸ ਵੱਲੋਂ ਦੋਸ਼ੀਆਂ ਦੀ ਭਾਲ ਨਿਰੰਤਰ ਜਾਰੀ ਹੈ। ਸੋ ਜਿਸ ਹਿਸਾਬ ਦੇ ਨਾਲ ਜਾਣਬੁੱਝ ਕੇ ਜਿਹੜਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਨੂੰ ਕਿਤੇ ਨਾ ਕਿਤੇ ਠੱਲ ਪਾਉਣ ਦੇ ਲਈ ਲਗਾਤਾਰ ਪ੍ਰਸ਼ਾਸਨ ਸਤਰਕ ਹੈ ਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਪਹਿਲਾਂ ਵੀ ਬਠਿੰਡਾ ਦੇ ਜੰਗਲਾਤ ਵਿਭਾਗ ਦੇ ਬਾਹਰ ਇਹ ਨਾਰੇ ਲਿਖੇ ਗਏ ਸਨ ਤੇ ਹੁਣ ਮੁੜ ਤੋਂ ਇਹ ਜਿਹੜੇ ਨਾਰੇ ਨੇ ਉਹ ਲਿਖੇ ਗਏ। ਦੱਸ ਦਈਏ ਕਿ ਪਾਕਿਸਤਾਨ ਜ਼ਿੰਦਾਬਾਦ ਤੇ ਹਿੰਦੁਸਤਾਨ ਮੁਰਦਾਬਾਦ ਦੇ ਜਿਹੜੇ ਨਾਰੇ ਲਿਖੇ ਗਏ ਨੇ ਤਾਂ ਦੋਸ਼ੀ ਹਾਲਾਂਕਿ ਭੱਜਣ ਦੇ ਵਿੱਚ ਕਾਮਯਾਬ ਰਹੇ ਨੇ ਅਤੇ ਪੁਲਿਸ ਵੱਲੋਂ ਦੋਸ਼ੀਆਂ ਦੀ ਭਾਲ ਨਿਰੰਤਰ ਜਾਰੀ ਹੈ ਅਤੇ ਪਹਿਲਾਂ ਹੀ ਬਠਿੰਡਾ ਦੇ ਜੰਗਲਾਤ ਵਿਭਾਗ ਦੇ ਬਾਹਰ ਇਹ ਨਾਰੇ ਲਿਖੇ ਗਏ ਸਨ। ਇਹ ਵਰਡਸ ਲਿਖੇ ਗਏ ਆ ਕੰਧ ਤੇ, ਇਹਦੀ ਤਫਤੀਸ਼ ਕਰ ਰਹੇ ਹਾਂ ਅਸੀਂ ਅੱਗੇ। ਇਹ ਨਾਰੇ ਲਿਖੇ ਗਏ ਹੈਗੇ ਖਾਲਿਸਤਾਨ ਦੇ, ਇਹ ਤਫਤੀਸ਼ ਪਹਿਲੇ ਵਾਲੇ ਵੀ ਕੇਸ 'ਚ ਚੱਲ ਰਹੀ ਹੈ, ਉਹ ਚੈੱਕ ਕਰ ਰਹੇ ਹਾਂ ਅਸੀਂ ਸਾਰਾ ਕੁਛ ਜਿਹੜਾ ਹੈਗਾ ਪਹਿਲਾਂ ਵੀ ਜਿਹੜਾ ਹੋਇਆ ਅਤੇ ਹੁਣ ਇਹਦੀ ਰਾਈਟਿੰਗ ਵੀ ਪਹਿਲੇ ਵਾਲੇ ਕਿ ਨਾਲ ਦੇ ਕੋਈ ਕੇਸ ਮਿਲਦਾ। ਤਾਂ ਇਸ ਦੇ ਨਾਲ ਹੀ ਇਸ ਖਬਰ 'ਤੇ ਹੋਰ ਵਧੇਰੇ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਸਾਡੇ ਸਹਿਯੋਗੀ ਬਠਿੰਡਾ ਤੋਂ ਕੁਲਵੀਰ ਵੀਰਾ ਫੋਨਲਾਈਨ 'ਤੇ ਮੌਜੂਦ ਨੇ। ਕੁਲਵੀਰ, ਕੀ ਜਾਣਕਾਰੀ ਹੈ ਜੋ ਨਾਰੇ ਲਿਖੇ ਗਏ ਨੇ ਕੰਧਾਂ 'ਤੇ ਹਾਲਾਂਕਿ ਪਹਿਲਾਂ ਵੀ ਲਿਖੇ ਗਏ ਨੇ ਅਤੇ ਪ੍ਰਸ਼ਾਸਨ ਦੀ ਹੁਣ ਤੱਕ ਕੀ ਕਾਰਗੁਜ਼ਾਰੀ ਰਹੀ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ? ਬਿਲਕੁਲ, ਜੇ ਦੇਖੀਏ ਤਾਂ ਇਸ ਤੋਂ ਪਹਿਲਾਂ ਵੀ ਜੰਗਲਾਤ ਵਿਭਾਗ ਦਾ ਰੇਂਜ ਆਫਿਸਰ ਬਠਿੰਡਾ ਦੇ ਵਿੱਚ ਉਸਦੀ ਦੀਵਾਰ ਦੇ ਉੱਪਰ ਵੀ ਕੁਛ ਦਿਨ ਪਹਿਲਾਂ ਲਿਖੇ ਗਏ ਸੀਗੇ, ਲੇਕਿਨ ਅੱਜ ਫਿਰ ਥਰਮਲ ਪਲਾਂਟ ਦੇ ਬਿਲਕੁਲ ਸਾਹਮਣੇ ਅਪੋਜਿਟ ਜਿਹੜੀ ਦੀਵਾਰ ਹੈ ਉਸਦੇ ਉੱਪਰ ਜਿਹੜੇ ਇਹ ਨਾਰੇ ਲਿਖੇ ਗਏ ਨੇ। ਲਗਾਤਾਰ ਕਾਫੀ ਵਾਰ ਜ਼ਿਲ੍ਹੇ ਦੇ ਵਿੱਚ ਵੀ ਇਹ ਜਿਹੜੇ ਨਾਰੇ ਲਿਖਣ ਨੂੰ ਦੇਖੇ ਗਏ ਨੇ ਲਿਖੇ ਹੋਏ, ਲੇਕਿਨ ਬਾਅਦ ਦੇ ਵਿੱਚ ਪੁਲਿਸ ਭਾਵਾਂ ਇਸ ਨੂੰ ਮਿਟਾ ਦਿੰਦੀ ਹੈ, ਲੇਕਿਨ ਕੁਛ ਸ਼ਰਾਰਤੀ ਲੋਕਾਂ ਵੱਲੋਂ ਜੇ ਗੱਲ ਕਰੀਏ ਤਾਂ ਗੁਰਪਤਵੰਤ ਪੰਨੂ ਵੱਲੋਂ ਲਗਾਤਾਰ ਜਿਹੜਾ ਉਹ ਗੁੰਮਰਾਹ ਕੀਤਾ ਜਾ ਰਿਹਾ ਨੌਜਵਾਨਾਂ ਨੂੰ, ਕਿਤੇ ਨਾ ਕਿਤੇ ਉਹਨਾਂ ਨੂੰ ਹੱਲਾਸ਼ੇਰੀ ਦੇ ਕੇ ਇਹ ਜਿਹੜੇ ਨਾਰੇ ਲਿਖਵਾਏ ਜਾਂਦੇ ਨੇ। ਉਸ ਤੋਂ ਬਾਅਦ ਪ੍ਰਸ਼ਾਸਨ ਇਸ ਨੂੰ ਮਿਟਾ ਦਿੰਦਾ ਹੈ ਔਰ ਪੁਲਿਸ ਇਹਨਾਂ ਦੀ ਜਿਹੜੀ ਹੈ ਭਾਲ ਦੇ ਵਿੱਚ ਲੱਗ ਜਾਂਦੀ ਹੈ, ਲੇਕਿਨ ਪੁਲਿਸ ਦੇ ਹੱਥ ਕਦੇ ਕੋਈ ਨਹੀਂ ਲੱਗਿਆ। ਇਹ ਲਗਾਤਾਰ ਇਹ ਨਿਰੰਤਰ ਜਿਹੜੀ ਇਸ ਤਰ੍ਹਾਂ ਦੀਆਂ ਜਿਹੜੀਆਂ ਕਹਿ ਸਕਦੇ ਹਾਂ ਸਲੋਗਨ ਨੇ ਜਿਹੜੇ ਉਹ ਲਗਾਤਾਰ ਲਿਖੇ ਜਾ ਰਹੇ ਨੇ, ਜਿਸ ਦੇ ਵਿੱਚ ਇਹਨਾਂ ਨੇ ਹਿੰਦੁਸਤਾਨ ਮੁਰਦਾਬਾਦ, ਪਾਕਿਸਤਾਨ ਜ਼ਿੰਦਾਬਾਦ, ਇੰਟਰਪੋਲ ਜ਼ਿੰਦਾਬਾਦ ਦੇ ਜਿਹੜੇ ਇਹ ਨਾਰੇ ਲਿਖੇ ਹੋਏ ਨੇ। ਲੇਕਿਨ ਪੁਲਿਸ ਇਸ ਦੇ ਉੱਤੇ ਕਹਿ ਰਹੀ ਹੈ ਕਿ ਅਸੀਂ ਪਰਚਾ ਦਰਜ ਕਰਕੇ ਇਸ ਦੀ ਕਾਰਵਾਈ ਕਰਾਂਗੇ ਔਰ ਇਸ ਤੋਂ ਪਹਿਲਾਂ ਵੀ ਲਗਾਤਾਰ ਕਾਰਵਾਈ ਕਰ ਰਹੀ ਹੈ ਔਰ ਲੇਕਿਨ ਕੋਈ ਜਿਹੜਾ ਹੱਥ ਕੁਛ ਇਹਨਾਂ ਦੇ ਨਹੀਂ ਲੱਗ ਰਿਹਾ ਹੈਗਾ। ਲੇਕਿਨ ਕਿਤੇ ਨਾ ਕਿਤੇ ਇਹ ਜਿਹੜਾ ਖਾਸ ਕਰਕੇ ਆਪਾਂ ਕਹਾਂਗੇ ਕਿ ਨੌਜਵਾਨਾਂ ਨੂੰ ਜਾਣਬੁੱਝ ਕੇ ਜਿਹੜਾ ਉਹ ਭੜਕਾਇਆ ਜਾ ਰਿਹਾ, ਉਹ ਇਹਨਾਂ ਨੂੰ ਹੱਲਾਸ਼ੇਰੀਆਂ ਦੇ ਦੇ ਕੇ ਇਸ ਪਾਸੇ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿਰਫ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਜਿਹੜੇ ਨੇ ਲਿਖਣ ਨਾਲ ਇੱਕ ਧਿਆਨ ਭੜਕਾਉਣ ਦੀ ਗੱਲ ਹੈ, ਹੋਰ ਇਸ ਦੇ ਵਿੱਚ ਕੁਛ ਨਹੀਂ ਹੋ ਰਿਹਾ। ਆਪਣੀਆਂ ਵੀਡੀਓ ਤੱਕ ਵੀ ਜਿਹੜੀਆਂ ਗੁਰਪਤਵੰਤ ਪੰਨੂ ਵੱਲੋਂ ਜਿਹੜੀਆਂ ਉਹ ਲਗਾਤਾਰ ਉਸ ਤੋਂ ਬਾਅਦ ਪਾਈਆਂ ਜਾਂਦੀਆਂ ਨੇ। ਹੁਣ ਵੀ ਉਹਨਾਂ ਨੇ ਜਿਹੜੀ ਹੈ ਆਪਦੀ ਵੀਡੀਓ ਹੈ ਇਸੇ ਇਹ ਸਲੋਗਨ ਲਿਖਣ ਤੋਂ ਬਾਅਦ ਫਿਰ ਪਾਈ ਗਈ ਹੈ ਵੀ ਬਠਿੰਡਾ ਦੇ ਵਿੱਚ ਸਾਡੇ ਲੋਕਾਂ ਵੱਲੋਂ ਜਿਹੜਾ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਜਿਹੜੇ ਲਾਏ ਗਏ ਨੇ ਤੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਰੇ ਲਾਏ ਗਏ ਨੇ ਲਿਖੇ ਗਏ ਨੇ ਤੇ ਉਹਨਾਂ ਨੂੰ ਹੌਸਲਾ ਦਿੱਤਾ ਗਿਆ। ਠੀਕ ਹੈ ਕੁਲਵੀਰ, ਸ਼ੁਕਰੀਆ ਤੁਹਾਡਾ ਤਮਾਮ ਜਾਣਕਾਰੀ ਦੇਣ ਦੇ ਲਈ।